ਡਾਕਟਰਾਂ ਵੀ ਬੋਲਿਆ ਸੀ ਮਾਤਾ ਘਰ ਚਲੀ ਜਾ, ਮੈਂ ਨਹੀਂ ਜਾਊਂਗੀ, ਸੰਘਰਸ਼ ਜਿੱਤ ਕੇ ਜਾਊਂਗੀ। ਅਤੇ ਸਾਰੇ ਭੈਣ ਭਰਾਵਾਂ ਵਾਂਗੂ ਧੀਆਂ ਪੁੱਤਾਂ ਮੈਨੂੰ ਤਾਂ ਹੱਥਾਂ 'ਤੇ ਚੁੱਕੀ ਫਿਰਦੇ ਤੁਹਾਡੇ ਵਰਗੇ ਜਵਾਨ। ਇੰਨੀ ਇੱਜ਼ਤ ਮਾਣ ਮਿਲਦੀ ਆ, ਇੰਨੀ ਤਾਂ ਘਰ ਨਹੀਂ ਮਿਲਦੀ ਹੋਣੀ ਜਿੰਨੀ ਇੱਥੇ ਮਿਲੀ ਆ। ਜਿੰਨਾ ਚਿਰ ਉਹ ਕਾਗਜ਼ ਨਹੀਂ ਪਾੜ ਦਿੰਦਾ ਉਨਾ ਚਿਰ ਸਾਨੂੰ ਪੂਰਨ ਵਿਸ਼ਵਾਸ ਨਹੀਂ। ਉਹਨਾਂ ਚਿਰ ਅਸੀਂ ਇੱਥੇ ਡਟੇ ਹਾਂ ਅਤੇ ਡਟੇ ਰਵਾਂਗੇ। ਇਹ ਕਿਸਾਨ ਦੀ ਅੜੀ ਆ, ਕਿਸਾਨ ਦੀ ਜਿੱਤ ਆ। ਕਿਸਾਨ ਅਜੇ ਤੱਕ ਹਰਿਆ ਨਹੀਂ ਕਿਤੇ ਵੀ। ਸਾਨੂੰ ਕੋਈ ਕਠਿਨਾਈ ਨਹੀਂ ਆਈ ਹੈ, ਕਿਉਂਕਿ ਅਸੀਂ ਕਿਸਾਨ ਹਾਂ, ਕਿਸਾਨਾਂ 'ਚ ਜੰਮ ਪਲ ਹੋਏ ਹਾਂ। ਸਾਨੂੰ ਕਿਸਾਨੀ ਵਿੱਚ ਵੀ ਕਈ ਔਕੜਾਂ ਆਉਂਦੀਆਂ ਵਾਂ, ਕਈ ਵਾਰ ਗੜੇਮਾਰ ਹੋ ਜਾਂਦੀ ਆ ਪੱਕੀ ਫਸਲ ਵੇਖ ਕੇ, ਅਤੇ ਉਹ ਵੀ ਸਾਡੀ ਬਰਬਾਦ ਹੋ ਜਾਂਦੀ। ਅਸੀਂ ਉਦੋਂ ਵੀ ਸਹਿਣ ਕਰਦੇ ਹਾਂ ਜਿੱਥੇ ਵੀ ਸਾਨੂੰ ਥੋੜ੍ਹੀ ਬਹੁਤੀ ਔਕੜ ਆਈ ਹੋਊਗੀ, ਮੀਂਹ ਹਨੇਰੀਆਂ 'ਚ, ਠੰਡ 'ਚ ਜਾਂ ਗਰਮੀ 'ਚ, ਅਤੇ ਅਸੀਂ ਉਹ ਸਹਿਣ ਕਰ ਲਈ ਆ। ਇੱਕ ਸਾਲ ਤੋਂ ਸਾਨੂੰ ਕੋਈ ਮਤਲਬ ਤੰਗੀ ਨਹੀਂ ਆਈ। ਲੰਗਰ ਚੱਲਣ ਡਏ ਨੇ, ਰਹਿਣ ਬਸੇਰੇ ਬਣੇ ਨੇ ਸਾਰੇ ਹੀ ਹੈਂ। ਅਤੇ ਸਾਰੇ ਭੈਣ ਭਰਾਵਾਂ ਵਾਂਗੂ ਧੀਆਂ ਪੁੱਤਾਂ ਮੈਨੂੰ ਤਾਂ ਹੱਥਾਂ 'ਤੇ ਚੁੱਕੀ ਫਿਰਦੇ ਤੁਹਾਡੇ ਵਰਗੇ ਜਵਾਨ। ਇੰਨੀ ਇੱਜ਼ਤ ਮਾਣ ਮਿਲਦੀ ਆ, ਇੰਨੀ ਤਾਂ ਘਰ ਨਹੀਂ ਮਿਲਦੀ ਹੋਣੀ ਜਿੰਨੀ ਇੱਥੇ ਮਿਲੀ ਆ। ਹਾਂ, ਬੱਚੇ ਬੋਲਦੇ ਨੇ, ਨੌਵਾਂ ਬੋਲਦੀਆਂ ਨੇ। ਅਜੇ ਰਾਤੀ ਫੋਨ ਆਉਣ ਡਿਆ ਸੀ ਨੌਂ ਦਾ ਵੀ ਬੀਬੀ ਆ ਜਾ ਘਰ, ਤੂੰ ਕਹਿੰਦੀ ਆ ਮੇਰੀ ਛਾਤੀ 'ਚ ਪੀੜ ਨਿਕਲਦੀ, ਕਿਉਂਕਿ ਮੈਂ ਹਾਰਟ ਦੀ ਮਰੀਜ਼ ਆ, ਮੈਨੂੰ ਹਾਰਟ ਵੀ ਇੱਥੇ ਹੀ ਹੋਇਆ ਸੀ, ਅਤੇ ਰੋਹਤਕ PGI ਹਸਪਤਾਲ 'ਚ ਮੇਰਾ ਇਲਾਜ ਹੋਇਆ। ਅਤੇ ਮੈਨੂੰ ਫਿਰ ਬੱਚੇ ਇੱਕ ਮਹੀਨੇ ਵਾਸਤੇ ਵਾਪਸ ਲੈ ਗਏ ਸੀ, ਅਤੇ ਫਿਰ ਮੈਂ ਅਪ੍ਰੈਲ ਦੇ ਮਹੀਨੇ 'ਚ ਫਿਰ ਆ ਗਈ। ਸਾ ਮਾਰਚ 'ਚ ਗਈ ਤਾਂ ਅਪ੍ਰੈਲ 'ਚ ਆ ਗਈ। ਅਤੇ ਬੱਚੇ ਤਾਂ ਬਹੁਤ ਰੋਕਦੇ ਨੇ ਕਿ ਤੈਨੂੰ ਹਾਰਟ ਦਾ ਮੈਂ ਮਰੀਜ਼ ਹਾਂ, ਤੈਨੂੰ ਕੁਛ ਹੋ ਜੂ। ਮੈਂ ਹੋ ਜੂਗਾ ਤਾਂ ਕੋਈ ਪਰਵਾਹ ਨਹੀਂ ਗੀ, 75 ਸਾਲ ਦੀ ਉਮਰ ਹੋ ਚੁੱਕੀ ਆ, ਹੈਂ, ਹੋਰ ਅੱਗੇ ਕਿੰਨੀ ਕੁ ਹੋਊਗੀ, ਕੋਈ ਗੱਲ ਨਹੀਂ ਗੀ। ਡਾਕਟਰਾਂ ਵੀ ਬੋਲਿਆ ਸੀ ਮਾਤਾ ਘਰ ਚਲੀ ਜਾ, ਮੈਂ ਨਹੀਂ ਜਾਊਂਗੀ, ਸੰਘਰਸ਼ ਜਿੱਤ ਕੇ ਜਾਊਂਗੀ। ਸਵੇਰੇ ਮੈਂ ਕਹਿਣ ਡਈ ਸਾਂ ਕਿ ਮੈਨੂੰ ਕੋਈ ਸੇਵਾ ਦੇ ਦਿਓ, ਮੈਂ ਸੇਵਾ ਕਰਾਂ। ਕਹਿੰਦੇ ਮਾਤਾ ਤੂੰ ਆਰਾਮ ਕਰ, ਤੂੰ ਕੁਛ ਠੀਕ ਨਹੀਂ, ਤੇਰੀ ਛਾਤੀ 'ਚ ਦਰਦ ਨਿਕਲਦੀ ਆ, ਤੂੰ ਰੈਸਟ ਕਰ, ਇੰਨਾ ਹੀ ਸਾਨੂੰ ਬੜਾ ਕਿ ਸਾਡੇ ਲਾਗੇ ਤੂੰ ਥੋੜ੍ਹੀ ਬਹੁਤੀ ਅਲਫਦਾਰੀ ਕਰ ਦਿੰਦੀ ਆ। ਮੈਂ ਤਾਂ ਇਹੋ ਕਰਦੀ ਹਾਂ ਕਿ ਜੇ ਖੁਸ਼ੀ ਆ ਤਾਂ ਉਹਨੂੰ ਵੀ ਆਪਣੇ ਮਨ 'ਚ ਸਮੋਲੋ। ਜਿਸ ਤਰ੍ਹਾਂ ਆਪਾਂ ਗਮੀ ਦੇ ਦਿਨ ਕੱਢੇ ਆ, ਔਕੜਾਂ ਦੇ ਦਿਨ ਕੱਢੇ, ਇਸ ਤਰ੍ਹਾਂ ਖੁਸ਼ੀ ਦੇ ਦਿਨ ਕੱਢੋ। ਬਹੁਤੀ ਖੁਸ਼ੀ ਵੀ ਚੰਗੀ ਨਹੀਂ ਅਤੇ ਬਹੁਤੀ ਗਮੀ ਵੀ ਚੰਗੀ ਨਹੀਂ। ਮੈਂ ਤਾਂ ਨੌਜਵਾਨਾਂ ਨੂੰ ਇਹੋ ਹੱਥ ਜੋੜ ਕੇ ਪ੍ਰੇਰਨਾ ਕਰਦੀ ਹਾਂ ਕਿ ਜਿੰਨਾ ਚਿਰ ਸਾਡਾ ਸੰਯੁਕਤ ਮੋਰਚਾ ਮੋਦੀ ਨਾਲ ਬੈਠਕ ਨਹੀਂ ਕਰ ਲੈਂਦਾ, ਜਿੰਨਾ ਚਿਰ ਉਹ ਕਾਨੂੰਨ ਰੱਦ ਨਹੀਂ ਕਰ ਦਿੰਦਾ, ਜਿੰਨਾ ਚਿਰ ਉਹ ਕਾਗਜ਼ ਨਹੀਂ ਪਾੜ ਦਿੰਦਾ, ਉਨਾਂ ਚਿਰ ਸਾਨੂੰ ਪੂਰਨ ਵਿਸ਼ਵਾਸ ਨਹੀਂ। ਉਨਾਂ ਚਿਰ ਅਸੀਂ ਇੱਥੇ ਡਟੇ ਹਾਂ ਅਤੇ ਡਟੇ ਰਵਾਂਗੇ। ਮੈਂ ਸੰਘਰਸ਼ ਵਿੱਚ ਡਟੀ ਹਾਂ ਕਿਉਂਕਿ ਮੇਰੇ ਵਰਗੀਆਂ ਮਾਵਾਂ ਇੱਥੇ ਹੋਰ ਵੀ ਡਟੀਆਂ ਨੇ। ਮੈਂ ਤਾਂ ਕਈ ਵਾਰ ਸਟੇਜ ਤੋਂ ਬੋਲਦੀ ਹਾਂ ਕਿ ਭੈਣੋ ਜਿਹੜੀਆਂ ਵਿਹਲੀਆਂ ਵਾ ਨੌਵਾਂ ਦੇ ਸਿਰ 'ਤੇ ਛੱਡ ਦਿਓ, ਘਰ 'ਤੇ ਆ ਜਾਓ ਸੰਘਰਸ਼ ਵਿੱਚ। ਇਹ ਤਾਂ ਇਸੇ ਕਰਕੇ ਤਾਂ ਬੈਠੇ ਇੱਥੇ ਕਿਉਂਕਿ ਸਾਨੂੰ ਪੂਰਨ ਵਿਸ਼ਵਾਸ ਆ ਕਿ ਪੀੜ੍ਹੀਆਂ ਤੱਕ ਸਾਡਾ ਇਤਿਹਾਸ ਪੜ੍ਹ ਲਓ। ਕਿਸਾਨ ਅਜੇ ਹਾਰ ਕੇ ਘਰ ਨਹੀਂ ਗਿਆ, ਮਰ ਕੇ ਭਾਵੇਂ ਜਾਵੇ। ਇਹ ਕਿਸਾਨ ਦੀ ਅੜੀ ਆ, ਕਿਸਾਨ ਦੀ ਜਿੱਤ ਆ। ਕਿਸਾਨ ਅਜੇ ਤੱਕ ਹਰਿਆ ਨਹੀਂ ਕਿਤੇ ਵੀ। ਕਿਸਾਨੀ ਸੰਘਰਸ਼ ਆ ਇਹ, ਕੋਈ ਹੋਰ ਮੁੱਦੇ ਦਾ ਸੰਘਰਸ਼ ਨਹੀਂ ਹੈਗਾ। ਇਹ ਮਜ਼ਦੂਰਾਂ ਦਾ ਵੀ ਸੰਘਰਸ਼ ਆ, ਦੁਕਾਨਦਾਰਾਂ ਦਾ। ਜੇ ਕਿਸਾਨ ਮਰ ਗਿਆ ਤਾਂ ਸਾਰੇ ਨਾਲ ਮਰ ਜਾਣਗੇ। ਇਸ ਕਰਕੇ ਸਾਡਾ ਕਿਸਾਨੀ ਸੰਘਰਸ਼ ਆ, ਸਾਡੇ ਨਾਲ ਸਾਰੀਆਂ ਜਾਤਾਂ ਪਾਤਾਂ, ਕਿਸਾਨ ਮਜ਼ਦੂਰ ਦੁਕਾਨਦਾਰ ਦੇ ਰੇਹੜੀ ਫੜੀ ਵਾਲਾ ਜਿੰਨਾ ਵੀ ਉਹਨਾਂ ਕੋਲ ਹੋ ਸਕਿਆ ਉਹਨਾਂ ਨੇ ਯੋਗਦਾਨ ਪਾਇਆ ਵਾ, ਵੱਧ ਚੜ੍ਹ ਕੇ ਪਾਇਆ ਵਾ। ਮੁਲਾਜ਼ਮਾਂ ਨੇ ਵੀ ਪਾਇਆ ਵਾ, ਵਕੀਲਾਂ ਨੇ, ਡਾਕਟਰਾਂ ਨੇ, ਮਾਸਟਰਾਂ ਨੇ, ਜੋ ਟਰਾਂਸਪੋਰਟ ਵਾਲੇ ਨੇ, ਸਾਰਿਆਂ ਨੇ ਇੱਕ ਮੁੱਠ ਹੋ ਕੇ ਜ਼ੋਰ ਲਾ ਕੇ ਸਾਡੇ ਸੰਘਰਸ਼ ਨੂੰ ਵਧਾਇਆ ਵਾ।